ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣਾ ਯੂਟਿਊਬ ਚੈਨਲ ਸ਼ੁਭਮ ਜੈਨ ABC ਐਗਜ਼ਾਮ ਪ੍ਰੈਪ ਦੇ ਵਿੱਚ। ਅੱਜ ਆਪਣਾ ਪੰਜਾਬ ਹਿਸਟਰੀ ਦਾ ਲਾਸਟ ਟੌਪਿਕ ਕਰਨ ਜਾ ਰਹੇ ਹਾਂ ਜੀ, ਜੋ ਹੈਗਾ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਦੇ ਉੱਤੇ 8 ਹਮਲੇ, ਠੀਕ ਹੈ। ਅਤੇ ਉਸ ਤੋਂ ਬਾਅਦ ਸਿੱਖ ਇੰਡੀਪੈਂਡੈਂਟ ਸਟੇਟਸ ਜਿਹੜੀਆਂ ਆਪਾਂ ਗੱਲ ਕਰਦੇ ਹਾਂ ਜੀ, 12 ਮਿਸਲਾਂ ਦੀ ਉਤਪਤੀ ਅਤੇ ਉਹਨਾਂ ਦਾ ਜਿਹੜਾ ਐਕਚੁਅਲੀ ਪ੍ਰਬੰਧ ਸੀਗਾ। ਮਿਲਟਰੀ ਔਰਗੇਨਾਈਜੇਸ਼ਨ ਦੀ ਗੱਲ ਕਰੀ, ਹਲਕਾ ਫੁਲਕਾ ਉਹਦੇ ਬਾਰੇ ਡਿਸਕਸ ਕਰਾਂਗੇ ਜੀ। ਬਾਕੀ ਜਿੰਨੀ ਵੀ ਇਨਫੋਰਮੇਸ਼ਨ ਹੋਏਗੀ ਉਹ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਰੈਲੀਵੈਂਟ ਇਨਫੋਰਮੇਸ਼ਨ ਹੀ ਆਪਾਂ ਇੱਥੇ ਡਿਸਕਸ ਕਰਾਂਗੇ ਜੀ। ਇਸ ਦੇ ਨਾਲ ਆਪਣਾ ਪੰਜਾਬ ਹਿਸਟਰੀ 14th ਸੈਂਚਰੀ ਔਨਵਰਡਸ ਜਿਹੜਾ ਹੈਗਾ ਜੀ ਕੰਪਲੀਟ ਹੋ ਜਾਏਗਾ। ਪਲੇਲਿਸਟ ਬਣ ਚੁੱਕੀ ਹੈ, ਤੁਸੀਂ ਜਿਹੜੀਆਂ ਵੀਡੀਓਜ਼ ਹੈਗੀਆਂ ਨੇ ਰਿਵਾਈਜ਼ ਕਰਕੇ ਬਾਰ ਬਾਰ ਉਹਨਾਂ ਨੂੰ ਦੇਖ ਸਕਦੇ ਹੋ, ਠੀਕ ਹੈ। ਅਤੇ ਇਸ ਤੋਂ ਬਾਅਦ ਜਿਹੜੀ ਹੈਗੀ ਜੀ, ਆਪਾਂ ਮੇਨਲੀ MCQ ਸੀਰੀਜ਼ ਨੂੰ ਲਾਂਚ ਕਰਾਂਗੇ, ਜਿਹਦੇ ਵਿੱਚ ਕੀ ਹੈ ਕਿ ਵੀਡੀਓਜ਼ ਦੇਖਣ ਤੋਂ ਬਾਅਦ ਆਪਾਂ ਪ੍ਰੈਕਟਿਸ ਕਰਨੀ ਹੈ ਜੀ ਵੱਧ ਤੋਂ ਵੱਧ ਕੁਐਸਚਨ ਦੀ, ਸੋ ਦੈਟ ਕਿ ਆਪਾਂ ਐਗਜ਼ਾਮ ਦੇ ਵਿੱਚ ਮੈਕਸੀਮਮ ਕੁਐਸਚਨ ਜਿਹੜੇ ਹੈਗੇ ਆ ਸੋਲਵ ਕਰ ਸਕੀਏ। ਸਟਾਰਟ ਕਰਦੇ ਹਾਂ ਜੀ ਆਪਾਂ, ਜਦੋਂ 1747 ਤੋਂ ਲੈ ਕੇ 1767 ਦਾ ਜਿਹੜਾ ਦੌਰ ਹੈਗਾ ਜੀ, ਉਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈਗਾ ਸੀਗਾ ਜੀ, ਅਫਗਾਨ ਦਾ ਸ਼ਾਸਕ ਸੀਗਾ, ਉਸਨੇ ਪੰਜਾਬ ਦੇ ਉੱਤੇ ਟੋਟਲ 8 ਅਟੈਕਸ ਕੀਤੇ। ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਦੇ ਉੱਤੇ ਅਟੈਕ ਕਰਨ ਦੇ ਰੀਜ਼ਨਸ ਕੀ ਸੀਗੇ? ਪਹਿਲੀ ਗੱਲ ਤਾਂ ਇਹ ਹੈ ਜੀ, ਨਾਦਿਰ ਸ਼ਾਹ ਇਰਾਨੀ ਜਿਸਨੇ ਪੰਜਾਬ ਦੇ ਵਿੱਚ 1739 ਦੇ ਵਿੱਚ ਹਮਲੇ ਕੀਤੇ ਸੀਗੇ, ਤਾਂ ਜਦੋਂ ਵੀ ਨਾਦਿਰ ਸ਼ਾਹ ਇਰਾਨੀ ਇੰਡੀਆ ਦੇ ਉੱਤੇ ਭਾਰਤ ਦੇ ਉੱਤੇ ਹਮਲਾ ਕਰਦਾ ਸੀਗਾ ਤਾਂ ਅਹਿਮਦ ਸ਼ਾਹ ਅਬਦਾਲੀ ਉਹਦੀ ਫੌਜ ਦੇ ਵਿੱਚ ਇੱਕ ਜਨਰੈਲ ਦੇ ਤੌਰ 'ਤੇ ਕੀ ਕਰਦਾ ਸੀਗਾ ਜੀ, ਇੱਥੇ ਆਇਆ ਅਤੇ ਉਸਨੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਓਬਜ਼ਰਵ ਕੀਤੀਆਂ। ਪਹਿਲੀ ਗੱਲ ਤਾਂ ਜੀ, ਅਪਾਰ ਧਨ ਦੌਲਤ ਹਿੰਦੁਸਤਾਨ ਦੀ। ਸੈਕਿੰਡ, ਇੱਥੋਂ ਦੇ ਜਿਹੜੇ ਬਾਦਸ਼ਾਹ ਸੀਗੇ ਉਹਨਾਂ ਦੀਆਂ ਕਮਜ਼ੋਰੀਆਂ, ਠੀਕ ਹੈ, ਅਤੇ ਆਪਸੀ ਜਿਹੜੀ ਉਹਨਾਂ ਦੇ ਵਿੱਚ ਲੜਾਈਆਂ ਰਹਿੰਦੀਆਂ ਸੀਗੀਆਂ ਉਹ। ਦੂਜੀ ਗੱਲ, ਨਾਦਰ ਸ਼ਾਹ ਇਰਾਨੀ ਦੀ ਡੈਥ ਤੋਂ ਬਾਅਦ 1747 ਦੇ ਵਿੱਚ ਨਾਦਰ ਸ਼ਾਹ ਜਿਹੜਾ ਹੈਗਾ ਜੀ, ਜਿਹੜਾ ਇਰਾਨ ਦਾ ਬਾਦਸ਼ਾਹ ਹੁੰਦਾ ਸੀਗਾ ਜੀ, ਉਹਦੀ ਕੀ ਹੋ ਗਈ ਸੀਗੀ ਜੀ, ਡੈਥ ਹੋ ਗਈ ਸੀ। ਤਾਂ ਅਹਿਮਦ ਸ਼ਾਹ ਅਬਦਾਲੀ ਜਿਹੜਾ ਦੁਰਾਨੀ ਦੀ ਉਪਾਧੀ ਮਿਲੀ ਹੋਈ ਸੀ, ਇਸ ਕਰਕੇ ਉਹਨੂੰ ਆਪਾਂ ਅਹਿਮਦ ਸ਼ਾਹ ਦੁਰਾਨੀ ਵੀ ਕਹਿ ਦਿੰਦੇ ਹਾਂ, ਉਹ ਜਿਹੜਾ ਹੈਗਾ ਜੀ ਅਫਗਾਨਿਸਤਾਨ ਦੀ ਗੱਦੀ ਦੇ ਉੱਤੇ ਕੀ ਕੀਤਾ ਜੀ, ਉਹ ਬੈਠਾ, ਠੀਕ ਹੈ। ਮਤਲਬ ਕਿ ਉਸ ਐਮਪਾਇਰ ਨੂੰ ਜਿਹੜਾ ਹੈਗਾ ਜੀ ਨਾਦਰ ਸ਼ਾਹ ਇਰਾਨੀ ਤੋਂ ਬਾਅਦ ਉਹਨੇ ਸੰਭਾਲਿਆ। ਜਦੋਂ ਅਫਗਾਨਿਸਤਾਨ ਦੀ ਗੱਦੀ ਦੇ ਉੱਤੇ ਬੈਠਾ ਤਾਂ ਇੱਕ ਉਹ ਫੋਰਨ ਦੇ ਵਿੱਚ ਆਪਣੀ ਜਿਹੜੀ ਇਮੇਜ ਹੈਗੀ ਹੈ ਹਿੰਦੁਸਤਾਨ ਦੇ ਵਿੱਚ, ਉਹ ਉੱਥੇ ਅਟੈਕ ਕਰਕੇ ਉਹਨਾਂ ਦੇ ਏਰੀਆਜ਼ ਨੂੰ ਆਪਣੇ ਏਰੀਆ ਦੇ ਅੰਡਰ ਮਿਲਾ ਕੇ ਘਰ ਦੇ ਵਿੱਚ ਆਪਣੀ ਇੱਜ਼ਤ ਜਿਹੜੀ ਹੈਗੀ ਜੀ ਉਹਨੂੰ ਹੋਰ ਵਧਾਉਣਾ ਚਾਹੁੰਦਾ ਸੀਗਾ। ਸੈਕਿੰਡ ਥਿੰਗ, ਹਿੰਦੁਸਤਾਨ ਦੇ ਕੁਝ ਲੋਕਾਂ ਨੇ ਉਹਨੂੰ ਇਨਵਾਈਟ ਕੀਤਾ ਕਿ ਪੰਜਾਬ ਦੇ ਉੱਤੇ ਜਾਂ ਹਿੰਦੁਸਤਾਨ ਦੇ ਉੱਤੇ ਹਮਲੇ ਕੀਤੇ ਜਾਣ, ਅਤੇ ਕਾਫੀ ਸਾਰੇ ਰੀਜ਼ਨ ਸੀਗੇ ਜੀ, ਠੀਕ ਹੈ। ਇੱਥੇ ਆਪਾਂ ਨਾਲ ਗੱਲ ਕਰਦੇ ਹਾਂ, ਦੇਅਰ ਵਰ ਮੈਨੀ ਰੀਜ਼ਨਸ ਫੋਰ ਹਿਜ਼ ਅਟੈਕਸ, ਅਤੇ ਜਿਹੜਾ ਸਭ ਤੋਂ ਤਤਕਾਲੀ ਕਾਰਨ ਉਹਦੇ ਅਟੈਕ ਕਰਨ ਦਾ ਇਹ ਸੀਗਾ ਕਿ ਜੀ ਸ਼ਾਹਨਵਾਜ਼ ਖਾਨ ਜਿਹੜਾ ਹੈਗਾ ਜੀ, ਉਸ ਸਮੇਂ ਜਿਹੜਾ ਲਾਹੌਰ ਦਾ ਸੂਬੇਦਾਰ ਜਾਂ ਗਵਰਨਰ ਬਣਿਆ ਹੋਇਆ ਸੀਗਾ ਜੀ, ਠੀਕ ਹੈ, ਉਸਨੇ ਉਹਨੂੰ ਇਨਵਾਈਟ ਕੀਤਾ ਸੀ। ਸ਼ਾਹਨਵਾਜ਼ ਖਾਨ ਬਾਰੇ ਆਪਾਂ ਪੜ੍ਹਦੇ ਹਾਂ ਜੀ ਇਹ ਕੌਣ ਬੰਦਾ ਸੀ। ਟੋਟਲ 8 ਅਟੈਕਸ ਜਿਹੜੇ ਹੈਗੇ ਜੀ ਅਹਿਮਦ ਸ਼ਾਹ ਅਬਦਾਲੀ ਨੇ ਕੀਤੇ। 8 ਅਟੈਕਸ ਦੇ ਵਿੱਚੋਂ ਜਿਹੜੇ ਉਹਦੇ ਪਹਿਲੇ 3 ਹਮਲੇ ਰਹੇ ਜੀ, ਉਹ ਮੁਗਲ ਸ਼ਕਤੀ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਕੁਚਲ ਦਿੱਤਾ ਗਿਆ ਜੀ, ਬੁਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜੀ ਹੈਗੇ ਜੀ, ਚੌਥਾ ਹਮਲਾ ਜਿਹੜਾ ਹੈਗਾ ਜੀ ਉਹ ਮਰਾਠਾ ਸ਼ਕਤੀ ਨੂੰ ਖਤਮ ਕੀਤਾ ਗਿਆ, ਠੀਕ ਹੈ। ਅਤੇ ਲਾਸਟ 3-1 ਜਿਹੜੇ ਹੈਗੇ ਆ ਜੀ, ਉਹ ਸਿੱਖਾਂ ਦੇ ਅਗੇਂਸਟ ਲੜੇ ਗਏ, ਬਟ ਉਹ ਸਿੱਖਾਂ ਦੀ ਸ਼ਕਤੀ ਜਿਹੜੀ ਹੈਗੀ ਹੈ ਜੀ ਉਹਨੂੰ ਕੁਚਲਣ ਦੇ ਵਿੱਚ ਅਸਮਰਥ ਸੀਗਾ ਜੀ, ਠੀਕ ਹੈ। ਇਸ ਕਰਕੇ ਅੱਜ ਵੀ ਆਪਾਂ ਗੱਲ ਕਰਦੇ ਹਾਂ ਜੀ, ਜੇ ਦੋ ਕੌਮਾਂ ਦੀ ਗੱਲ ਕੀਤੀ ਜਾਂਦੀ ਹੈ ਜੀ, ਜਾਂ ਤਾਂ ਉਹ ਅਫਗਾਨੀ ਨੇ ਜੀ ਜਾਂ ਫਿਰ ਉਹ ਸਿੱਖ ਨੇ ਜੀ, ਜਿਨ੍ਹਾਂ ਦੇ ਖਿਲਾਫ ਲੜਨਾ ਬਹੁਤ ਮੁਸ਼ਕਿਲ ਹੈ, ਠੀਕ ਹੈ। ਤਾਂ ਬਰੀਫ ਐਕਸਪਲੇਨੇਸ਼ਨ ਆਪਾਂ ਉਹਦੇ ਹਮਲੇ ਦੀ ਕਰਾਂਗੇ, ਬਰੀਫ ਐਕਸਪਲੇਨੇਸ਼ਨ ਅਬਾਊਟ ਹਿਜ਼ ਅਟੈਕਸ। ਤਾਂ ਪਹਿਲਾ ਹਮਲਾ ਜਿਹੜਾ ਹੈਗਾ ਜੀ ਉਹਨੇ 1747-48 ਸੇਮ ਜਨਵਰੀ, ਮਤਲਬ ਕਿ ਦਸੰਬਰ ਜਨਵਰੀ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਦਸੰਬਰ 1747, ਜਨਵਰੀ 48, ਇਸ ਕਰਕੇ 2 ਈਅਰ ਇੱਥੇ ਮੈਨਸ਼ਨ ਹੈ। ਅਤੇ ਐਕਚੁਅਲੀ ਜਿਹੜਾ ਮੌਸਮ ਹੁੰਦਾ ਜੀ ਹਿੰਦੁਸਤਾਨ ਦੇ ਵਿੱਚ, ਉਹ ਸਰਦੀਆਂ ਦਾ ਮੌਸਮ ਹੁੰਦਾ ਹੈ, ਅਤੇ ਜਿਹੜੇ ਅਫਗਾਨੀ ਲੋਕ ਨੇ ਇਸ ਮੌਸਮ ਨਾਲ ਬੜੇ ਚੰਗੀ ਤਰ੍ਹਾਂ ਜਿਹੜੇ ਹੈਗੇ ਜੀ ਵਿਚਰਨ ਦੇ ਅਨੁਕੂਲ ਹੈ। ਇਸ ਕਰਕੇ ਹੀ ਅਬਦਾਲੀ ਦੀਆਂ ਜਿੱਤਾਂ ਦਾ ਜਿਹੜਾ ਕਾਰਨ ਰਹਿੰਦਾ ਸੀਗਾ ਜੀ ਸਰਦੀਆਂ ਦੇ ਵਿੱਚ ਇਹੀ ਹੁੰਦਾ ਸੀਗਾ, ਠੀਕ ਹੈ, ਕਿਉਂਕਿ ਇਸ ਮੌਸਮ ਦੇ ਵਿੱਚ ਜਿਹੜੇ ਹੈਗੇ ਜੋ ਬੜੇ ਚੰਗੀ ਤਰ੍ਹਾਂ ਆਪਣੇ ਜੀਵਨ ਨੂੰ ਜੀਣਾ ਸਿੱਖ ਚੁੱਕੇ ਸੀਗੇ, ਕਿਉਂਕਿ ਜਿੱਥੋਂ ਏਰੀਆ ਦੇ ਵਿੱਚੋਂ ਆਉਂਦੇ ਸੀ ਉਹ ਠੰਡੇ ਏਰੀਆ ਨੇ, ਠੀਕ ਹੈ ਜੀ। ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈਗਾ ਜੀ ਉਸਨੂੰ ਸ਼ਾਹਨਵਾਜ਼ ਖਾਨ ਜਿਹੜਾ ਲਾਹੌਰ ਦਾ ਸੂਬੇਦਾਰ ਸੀ ਉਸਨੇ ਇਨਵਾਈਟ ਕੀਤਾ ਸੀ। ਸ਼ਾਹਨਵਾਜ਼ ਖਾਨ ਕੌਣ ਸੀ? ਜਦੋਂ ਆਪਾਂ ਲਾਸਟ ਵੀਡੀਓ ਦੇ ਵਿੱਚ ਪੜ੍ਹ ਰਹੇ ਸੀਗੇ ਤਾਂ ਜੀ ਉਸ ਸਮੇਂ ਲਾਹੌਰ ਦਾ ਜਿਹੜਾ ਸੂਬੇਦਾਰ ਸੀਗਾ ਜੀ ਕੌਣ ਸੀਗਾ ਜੀ? ਯਹੀਆ ਖਾਨ ਸੀਗਾ। ਯਹੀਆ ਖਾਨ ਦਾ ਭਰਾ ਸੀਗਾ ਜੀ ਸ਼ਾਹਨਵਾਜ਼ ਖਾਨ।
ਦੋਨਾਂ ਦੇ ਵਿੱਚ ਆਪਸੀ ਜਿਹੜੀਆਂ ਹੈਗੀਆਂ ਜੀ ਉਹ ਲੜਾਈਆਂ ਚੱਲ ਰਹੀਆਂ ਸੀਗੀਆਂ ਕਿ ਲਾਹੌਰ ਦਾ ਸੂਬੇਦਾਰ ਕਿਹਨੇ ਬਣਨਾ। ਠੀਕ ਹੈ, ਤਾਂ ਸ਼ਾਹਨਵਾਜ਼ ਖਾਨ ਉਦੋਂ ਜਿੱਤ ਗਿਆ ਜੀ, ਤਾਂ ਉਹਨੇ ਯਹੀਆ ਖਾਨ ਨੂੰ ਕੈਦ ਕਰ ਲਿਆ। ਯਹੀਆ ਖਾਨ ਦਾ ਫਾਦਰ ਇਨ ਲਾਅ ਸਹੁਰਾ ਜਿਹੜਾ ਹੈਗਾ ਜੀ ਕਮਰਉਦੀਨ, ਉਹ ਉਸ ਸਮੇਂ ਦਿੱਲੀ ਦੇ ਜਿਹੜੇ ਆਪਣੇ ਬਾਦਸ਼ਾਹ ਸੀਗੇ ਉਹਨਾਂ ਦਾ ਕੀ ਸੀਗਾ ਜੀ, ਵਜ਼ੀਰ ਸੀਗਾ। ਠੀਕ ਹੈ, ਅਤੇ ਉਹਨਾਂ ਦਾ ਪੁੱਤਰ ਜਿਹੜਾ ਹੈਗਾ ਸੀਗਾ ਜੀ ਮੀਰ ਮਨੂ ਕਮਰਉਦੀਨ ਦਾ, ਜਿਹਨੂੰ ਮੋਇਨ ਉਲ ਮੁਲਕ ਦੀ ਉਪਾਧੀ ਮਿਲੀ ਹੋਈ ਸੀਗੀ। ਸਫਦਰ ਜੰਗ ਹੋਰ ਇੱਕ ਵੱਡਾ ਨੇਤਾ ਸੀਗਾ ਜੀ, ਠੀਕ ਹੈ, ਜਰਨੈਲ ਸੀਗਾ। ਅਤੇ ਇਹਨਾਂ ਜਦੋਂ ਸ਼ਾਹਨਵਾਜ਼ ਖਾਨ ਨੇ ਅਬਦਾਲੀ ਨੂੰ ਅਟੈਕ ਕਰਨ ਲਈ ਬੁਲਾਇਆ, ਕਿਉਂਕਿ ਕਮਰਉਦੀਨ ਜਿਹੜਾ ਹੈਗਾ ਸੀਗਾ ਜੀ ਸ਼ਾਹਨਵਾਜ਼ ਖਾਨ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦਾ ਸੀ, ਕਿਉਂਕਿ ਇਹਨੇ ਯਹੀਆ ਖਾਨ ਨੂੰ ਕੈਦ ਕੀਤਾ ਹੋਇਆ ਸੀਗਾ। ਲੇਕਿਨ ਜਦੋਂ ਕਮਰਉਦੀਨ ਨੂੰ ਅਬਦਾਲੀ ਦੇ ਅਟੈਕ ਦਾ ਪਤਾ ਲੱਗਿਆ ਤਾਂ ਉਹਨੇ ਸ਼ਾਹਨਵਾਜ਼ ਖਾਨ ਨਾਲ ਇੱਕ ਸੰਧੀ ਕੀਤੀ ਵੀ ਸਭ ਤੋਂ ਪਹਿਲਾਂ ਅਬਦਾਲੀ ਨੂੰ ਰੋਕਿਆ ਜਾਵੇ ਆਉਣ ਲਈ, ਬਾਅਦ 'ਚ ਇਹਦਾ ਹੱਲ ਕੱਢਾਂਗੇ ਕੋਈ। ਤਾਂ ਸ਼ਾਹਨਵਾਜ਼ ਖਾਨ ਜਿਹੜਾ ਹੈਗਾ ਜੀ ਕਮਰਉਦੀਨ ਨਾਲ ਦੁਬਾਰਾ ਮਿਲ ਗਿਆ, ਅਬਦਾਲੀ ਦੇ ਅਗੇਂਸਟ ਲੜਿਆ। ਲੇਕਿਨ ਅਬਦਾਲੀ ਨੇ ਜਦੋਂ ਹਮਲਾ ਕੀਤਾ ਤਾਂ ਸ਼ਾਹਨਵਾਜ਼ ਖਾਨ ਜਿਹੜਾ ਹੈਗਾ ਜੀ ਡਰ ਗਿਆ ਅਤੇ ਉਹ ਲਾਹੌਰ ਛੱਡ ਕੇ ਭੱਜ ਗਿਆ ਸੀ। ਅਹਿਮਦ ਸ਼ਾਹ ਅਬਦਾਲੀ ਬਿਨਾਂ ਕੋਈ ਰੋਕ ਟੋਕ ਤੇ ਜਿਹੜਾ ਹੈਗਾ ਜੀ ਉਹ ਵਧਿਆ ਅੱਗੇ ਦਿੱਲੀ ਵੱਲ। ਤਾਂ ਕਮਰਉਦੀਨ ਨੂੰ ਵੀ ਹੁਣ ਫੌਜਾਂ ਤਿਆਰ ਕਰਨੀਆਂ ਪਈਆਂ, ਤਾਂ ਉਹਨਾਂ ਨੇ ਸਰਹੰਦ ਦੇ ਨੇੜੇ ਮਾਨੂਪੁਰ ਦੇ ਨਾਮ ਦੇ ਨੇੜੇ ਜਿਹੜੀ ਹੈਗੀ ਜੀ ਉਹ ਲੜਾਈ ਲੜੀ ਹੈ। ਇਸ ਲੜਾਈ ਦੇ ਵਿੱਚ ਕੀ ਹੈ ਜੀ, ਦੇਖੋ ਕਮਰਉਦੀਨ ਜਿਹੜਾ ਹੈਗਾ ਜੀ ਉਹ ਖੁਦ ਮਾਰਿਆ ਗਿਆ, ਠੀਕ ਹੈ, ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਈ ਮਿਸਹੈਪਨਿੰਗ ਕਰਕੇ ਮਰ ਗਿਆ ਜੀ। ਮੀਰ ਮਨੂ ਜਿਹੜਾ ਉਹਦਾ ਪੁੱਤਰ ਸੀਗਾ ਜੀ, ਬਹੁਤ ਹੀ ਬਹਾਦਰ ਅਤੇ ਯੋਗ ਸੈਨਿਕ ਸੀਗਾ ਜੀ, ਜਿਹਨੂੰ ਮੋਇਨ ਉਲ ਮੁਲਕ ਦੀ ਉਪਾਧੀ ਹਾਸਿਲ ਸੀਗੀ। ਉਸਨੇ ਅਹਿਮਦ ਸ਼ਾਹ ਅਬਦਾਲੀ ਦੇ ਖਿਲਾਫ ਡੱਟ ਕੇ ਲੜਾਈ ਲੜੀ, ਜਿਸ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈਗਾ ਜੀ ਉਹਨੂੰ ਕੋਈ ਖਾਸ ਜਿਹੜੀ ਸਫਲਤਾ ਮਿਲੀ ਨਹੀਂ, ਅਤੇ ਉਹਨੂੰ ਜਿਹੜਾ ਹੈਗਾ ਜੀ ਵਾਪਸ ਜਿਹੜਾ ਹੈਗਾ ਅਫਗਾਨ ਵਾਪਸ ਜਾਣਾ ਪਿਆ। ਇਸੀ ਲੜਾਈ ਤੋਂ ਬਾਅਦ ਜੀ ਮੀਰ ਮਨੂ ਜਿਹੜਾ ਹੈਗਾ ਜੀ ਉਹਨੂੰ ਸੂਬੇਦਾਰ ਬਣਾਇਆ ਗਿਆ ਲਾਹੌਰ ਦਾ ਦਿੱਲੀ ਦੇ ਬਾਦਸ਼ਾਹ ਵੱਲੋਂ। ਸਫਦਰ ਜੰਗ ਜਿਹੜਾ ਹੈਗਾ ਜੀ ਦਿੱਲੀ ਦੇ ਬਾਦਸ਼ਾਹ ਦਾ ਨਵਾਂ ਵਜ਼ੀਰ ਬਣਿਆ, ਕਿਉਂਕਿ ਕਮਰਉਦੀਨ ਦੀ ਮੌਤ ਹੋ ਚੁੱਕੀ ਸੀ। ਠੀਕ ਹੈ ਜੀ, ਸਿੱਖ ਜਿਹੜੇ ਹੈਗੇ ਜੀ ਇਸੀ ਸਮੇਂ ਦੇ ਵਿੱਚ ਜਿਹੜੇ ਹੈਗੇ ਜੀ ਉਹਨਾਂ ਨੇ ਆਪਣੀ ਤਾਕਤ ਨੂੰ ਰੀਗੇਨ ਕੀਤਾ, ਕਿਉਂਕਿ ਮੁਗਲ ਜਿਹੜੇ ਹੈਗੇ ਜੀ ਅਹਿਮਦ ਸ਼ਾਹ ਅਬਦਾਲੀ ਨਾਲ ਹਮਲੇ ਦੇ ਵਿੱਚ ਉਲਝ ਗਏ। ਲਾਹੌਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਸ਼ਾਹਨਵਾਜ਼ ਖਾਨ ਭੱਜ ਚੁੱਕਿਆ ਸੀ, ਤਾਂ ਸਿੱਖਾਂ ਨੇ ਦੁਬਾਰਾ ਇਸ ਸਥਿਤੀ ਦਾ ਫਾਇਦਾ ਉਠਾ ਕੇ ਜਲੰਧਰ ਦੁਆਬ ਦੇ ਜਿਹੜੇ ਏਰੀਆ ਸੀਗੇ ਜੀ ਉਹਨਾਂ ਦੇ ਉੱਤੇ ਕੀ ਕਰ ਲਿਆ, ਆਪਣਾ ਅਧਿਕਾਰ ਦੁਬਾਰਾ ਜਮਾ ਲਿਆ। ਅਤੇ ਉਹਨਾਂ ਨੇ ਜਦੋਂ ਅਬਦਾਲੀ ਦਿੱਲੀ ਤੋਂ ਵਾਪਸ ਲੌਟ ਰਿਹਾ ਸੀਗਾ ਜੀ, ਅਬਦਾਲੀ ਦੀਆਂ ਸੈਨਾਵਾਂ ਨੂੰ ਵੀ ਅਟੈਕ ਕਰਕੇ ਜਿਹੜਾ ਉਹ ਦਿੱਲੀ ਤੋਂ ਧਨ ਦੌਲਤ ਲੁੱਟ ਕੇ ਲੈ ਕੇ ਆਇਆ ਸੀ ਉਹਦੇ ਧਨ ਨੂੰ ਵੀ ਲੁੱਟਿਆ। ਉਸਦੀ ਅਗਵਾਈ ਕਿਹਨੇ ਕੀਤੀ ਸੀ ਜੀ, ਚੜਤ ਸਿੰਘ ਨੇ ਕੀਤੀ ਸੀ, ਜੋ ਤੁਹਾਨੂੰ ਪਤਾ ਜੀ ਸ਼ੁਕਰ ਚੱਕਿਆ ਮਿਸਲ ਨਾਲ ਬਿਲੋਂਗ ਕਰਦੇ ਆ। ਨਾਓ ਜਦੋਂ ਮੀਰ ਮਨੂ ਸੂਬੇਦਾਰ ਬਣ ਗਿਆ ਜੀ ਲਾਹੌਰ ਦਾ, ਅਤੇ ਅਬਦਾਲੀ ਵਾਪਸ ਜਾ ਚੁੱਕਿਆ ਸੀਗਾ, ਤਾਂ ਮੀਰ ਮਨੂ ਨੂੰ ਪੰਜਾਬ ਦੇ ਵਿੱਚ ਕਾਫੀ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪਈਆਂ। ਪਹਿਲੀ ਗੱਲ ਤਾਂ ਇਹ ਸੀਗਾ ਜੀ ਜਿਹੜਾ ਵਜ਼ੀਰ ਬਣਿਆ ਸੀ ਦਿੱਲੀ ਦਾ ਸਫਦਰ ਜੰਗ, ਉਹ ਮੀਰ ਮਨੂ ਦੇ ਜ਼ਿਆਦਾ ਕੋਈ ਫੇਵਰ 'ਚ ਨਹੀਂ ਸੀਗਾ। ਤਾਂ ਮੀਰ ਮਨੂ ਨੂੰ ਸਫਦਰ ਜੰਗ ਨਾਲ ਵੀ ਜਿਹੜਾ ਹੈਗਾ ਜੀ ਉਹ ਝੱਲਣੇ ਪਏ, ਅਤੇ ਦੂਜੀ ਗੱਲ ਇਹ ਹੈਗੀ ਕਿ ਸਿੱਖਾਂ ਨਾਲ ਵੀ ਉਹਨੂੰ ਲੜਾਈਆਂ ਲੜਨੀਆਂ ਪਈਆਂ। ਤਾਂ ਸਿੱਖਾਂ ਨਾਲ ਜਦੋਂ ਲੜਾਈ ਹੋ ਰਹੀ ਸੀਗੀ ਤਾਂ ਸਿੱਖਾਂ ਨੇ ਜਿਹੜਾ ਹੈਗਾ ਜੀ ਰਾਮ ਰੌਣੀ ਫੋਰਟ ਹੈ ਜੀ, ਠੀਕ ਹੈ, ਅੰਮ੍ਰਿਤਸਰ ਦੇ ਨੇੜੇ ਤੇੜੇ, ਉਸ ਫੋਰਟ ਦੇ ਉੱਤੇ ਅਧਿਕਾਰ ਕਰ ਲਿਆ ਸੀਗਾ ਜੀ। ਠੀਕ ਹੈ, ਮੀਰ ਮਨੂ ਜਿਹੜਾ ਹੈਗਾ ਜੀ ਉਸਨੇ ਆਪਣੇ ਸਮੇਂ ਦੇ ਵਿੱਚ ਇੱਕ ਅਦੀਨਾ ਬੇਗ ਹੁੰਦਾ ਸੀਗਾ ਜੀ, ਜਲੰਧਰ ਦੁਆਬ ਦਾ ਸੂਬੇਦਾਰ ਸੀਗਾ। ਅਦੀਨਾ ਬੇਗ ਦੀ ਅਗਵਾਈ ਦੇ ਵਿੱਚ ਸਿੱਖਾਂ ਨੂੰ ਕੁਚਲਣ ਲਈ ਸੈਨਾ ਭੇਜੀ ਸੀ, ਲੇਕਿਨ ਅਦੀਨਾ ਬੇਗ ਜਿਹੜਾ ਹੈਗਾ ਜੀ ਉਹ ਮਤਲਬ ਕਿ ਇੰਨਾ ਕੋਈ ਸਫਲ ਜਿਹੜਾ ਹੈਗਾ ਸਿੱਖਾਂ ਦੇ ਅਗੇਂਸਟ ਨਹੀਂ ਹੋ ਪਾਇਆ। ਅਤੇ ਜਿਹੜਾ ਇਹਦਾ ਦੀਵਾਨ ਹੁੰਦਾ ਸੀਗਾ ਜੀ ਮੀਰ ਮਨੂ ਦਾ ਘੋੜਾ ਮੱਲ, ਉਹਦੇ ਕਹਿਣ ਦੇ ਉੱਤੇ ਸਿੱਖਾਂ ਨਾਲ ਸਮਝੌਤਾ ਹੋ ਗਿਆ ਸੀ, ਕਿਉਂਕਿ ਅਦੀਨਾ ਬੇਗ ਦੀ ਸੈਨਾ ਦੇ ਵਿੱਚ ਜੱਸਾ ਸਿੰਘ ਠੋਕਾ, ਜਿਹਨੂੰ ਰਾਮਗੜੀਆ ਵੀ ਕਿਹਾ ਜਾਂਦਾ ਜੀ, ਉਹ ਇਹਦਾ ਸਾਥ ਛੱਡ ਕੇ ਸਿੱਖਾਂ ਨਾਲ ਮਿਲ ਗਿਆ ਸੀਗਾ ਜੀ, ਜਿਸ ਕਰਕੇ ਮੀਰ ਮਨੂ ਨੂੰ ਇਸ ਬੈਟਲ ਦੇ ਵਿੱਚ ਜ਼ਿਆਦਾ ਕੁਛ ਮਿਲਿਆ ਨਹੀਂ। ਅਤੇ ਸਿੱਖਾਂ ਨੂੰ ਰਾਮ ਰੌਣੀ ਦਾ ਫੋਰਟ ਵਗੈਰਾ ਅਤੇ ਉਹਦੇ ਨੇੜੇ ਤੇੜੇ ਦੇ ਜਿਹੜੇ ਏਰੀਆ ਸੀਗੇ ਉਹਨਾਂ ਨੂੰ ਲਗਾਨ ਇਕੱਠਾ ਕਰਨ ਦੀ ਪਰਮਿਸ਼ਨ ਜਿਹੜੀ ਇੱਥੋਂ ਮਿਲ ਗਈ ਸੀਗੀ। ਠੀਕ ਹੈ, ਕਿਉਂਕਿ ਮੀਰ ਮਨੂ ਬਾਰੇ ਤੁਹਾਨੂੰ ਡਿਟੇਲ 'ਚ ਪੁੱਛਿਆ ਜਾ ਸਕਦਾ, ਤਾਂ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਸਿੱਖਾਂ ਦੇ ਨਾਲ ਨਾਲ ਜਿਹੜੀਆਂ ਕਾਰਵਾਈਆਂ ਹੈਗੀਆਂ ਉਹ ਕਿਵੇਂ ਹੋਈਆਂ। ਸੈਕਿੰਡ ਬੈਟਲ ਜਿਹੜੀ ਹੈਗੀ ਹੈ ਜੀ ਅਹਿਮਦ ਸ਼ਾਹ ਅਬਦਾਲੀ ਸੈਕਿੰਡ ਅਟੈਕ ਜਿਹੜਾ ਉਹਨੇ ਕੀਤਾ 1748-49 ਵਿੰਟਰ ਕੰਡੀਸ਼ਨ 'ਚ ਉਹ ਅਟੈਕ ਕਰਦਾ ਸੀਗਾ ਜੀ, ਕਿਉਂਕਿ ਇਹਦੇ ਅਨੁਕੂਲ ਸੀ ਜਿਹੜੀ ਉਹਨਾਂ ਦੀਆਂ ਜਿੱਤਾਂ ਦਾ ਮੇਨ ਕਾਰਨ ਸੀਗਾ। ਮੀਰ ਮਨੂ ਉਸ ਸਮੇਂ ਪੰਜਾਬ ਦਾ ਸੂਬੇਦਾਰ ਹੈਗਾ ਸੀਗਾ ਜੀ, ਠੀਕ ਹੈ, ਅਤੇ ਉਸਨੇ ਦਿੱਲੀ ਤੋਂ ਮਦਦ ਮੰਗੀ ਕਿ ਅਬਦਾਲੀ ਦੁਆਰਾ ਅਟੈਕ ਕਰ ਰਿਹਾ, ਲੇਕਿਨ ਉਹਨੂੰ ਸਫਦਰ ਜੰਗ ਜਿਹੜਾ ਹੈਗਾ ਸੀ ਉਹਦੇ ਵੱਲੋਂ ਕੋਈ ਸਹਾਇਤਾ ਨਾ ਮਿਲੀ। ਤਾਂ ਉਹਨੇ ਕੀ ਕੀਤਾ ਜੀ, ਸਮਝੌਤਾ ਕਰਨਾ ਵਧੀਆ ਸਮਝਿਆ ਅਤੇ ਗੁਜਰਾਤ ਅਤੇ ਔਰੰਗਾਬਾਦ ਦੇ ਏਰੀਆ ਦਾ ਜਿਹੜਾ ਲਗਾਨ ਹੈਗਾ ਜੀ ਅਹਿਮਦ ਸ਼ਾਹ ਅਬਦਾਲੀ ਨੂੰ ਦੇਣਾ ਮਨਜ਼ੂਰ ਕਰ ਲਿਆ, ਅਤੇ ਅਹਿਮਦ ਸ਼ਾਹ ਅਬਦਾਲੀ ਉੱਥੋਂ ਵਾਪਸ ਚਲਾ ਗਿਆ। ਤੀਜਾ ਹਮਲਾ ਜਿਹੜਾ ਹੈਗਾ ਉਹ ਦੂਜੇ ਹਮਲੇ ਤੋਂ ਹੀ ਪ੍ਰਭਾਵਿਤ ਸੀਗਾ,
1751-52 किया। रीज़न ये सीगा कि जिहड़ा मीर मनू है जी उन्हें टैक्स जिहड़ा हैगा सीगा अबदाली नूं भेजना सी, उह नहीं भेजिया, तां अबदाली ने तीसरा हमला जिहड़ा हैगा जी हिंदुस्तान दे उत्ते किया। इस बैटल दे विच जिहड़ा मीर मनू है जी वह की हो गया जी, हार गया, क्योंकि उसनूं दिल्ली तो कोई सहायता नहीं सी मिल रही हैगी। इसी बैटल दे विच जिहड़ा हैगा जी उहदा दीवान फेमस जिहड़ा हैगा जिहड़ा सिखां दी फेवर करदा सी, दीवान कोड़ामल भी मर गया। मीर मनू बहादरी नाल जिहड़ा हैगा जी वह अबदाली दे जिहड़ा कैंप सीगा उहदे विच गया ते उहने अपनी हार स्वीकार कीती ते उसदे विच उहनूं टाइटल दित्ता गया अबदाली वल्लों फरजंद खान बहादुर जां रुस्तमे हिंद, मतलब कि उहदी बहादरी योग्यता तो जिहड़ी हैगी जी बहुत प्रभावित होया। ते अबदाली ने हुण की कीता जी, उह मीर मनू नूं मारन दी बजाए सूबेदार दा लाहौर दा सूबेदार बनाता, बट मुल्तान दा भी, बट अफगाना दे अंडर, यानी कि दोनों एरिए हिंदुस्तान तो अलग करके मुगलों की सरप्रस्ती तो अलग करके अफगान रूल के अंडर लिया ते मुल्तान ते लाहौर जिहड़े हैगे जी वह अफगान का पार्ट बन गए 1751-52 के विच। ठीक है जी, इंपोर्टेंट एग्जाम पॉइंट हो गई उन्हां। ते जदों हमला किया जी दूजा उदों अहमद शाह दिल्ली का रूलर सीगा, जदों पहला हमला सीगा जी इत्थे आपां गल कीती है जी वह मुहम्मद शाह बारे आप इतने गल की है जी, ड्यूरिंग हिज अटैक्स मुहम्मद शाह जिहड़ा हैगा जी वह हिंदुस्तान का रूलर सीगा। एग्जाम पॉइंट ऑफ व्यू नाल दोनों चीज़ां पतियां होनी चाहिए तुहानू। उस तो बाद आप गल करते हैं जी थर्ड, जदों अबदाली ने उन्हूं नियुक्त करता जी गवर्नर, अगेन सिखां नाल तां लड़ाइयां चलदियां रही जी क्योंकि यह मुसलमान सीगे। ठीक है, तां उन्होंने सिखां दे उत्ते बड़े जुल्म किए, तो उस समय एक अखान जिहड़ी हैगी चलदी सी जी, मन्नू साडी दात्री असी मन्नू दे सोए, ज्यों ज्यों मन्नू कटदा असी दूणे सवाए होए। ठीक है जी, सिख भी बहादरी नाल जिहड़े हैगे जी उहदे अगेंस्ट लड़ रहे सीगे। तां मीर मन्नू जिहड़ा हैगा जी उस समय कौन सीगा जी, अबदाली दी फोर्थ का जनरल कह लो, ठीक है, या फिर वह अपॉइंटेड जिहड़ा लाहौर का सूबेदार। फोर्थ बैटल जिहड़ी हैगी है जी अबदाली ने चौथा हमला जिहड़ा कीता 1756-57 दे विच कीता। ठीक है, चौथा बैटल जिहड़ा हैगा जी इस लड़ाई दे विच जिहड़े हैगे जी मराठियां दी शक्ति नूं कुचल गया सीगा। ठीक है, सॉरी इस बैटल दे विच आपां गल करदे हां जी, आपां इत्थे आपां मैनशन कीता सीगा फस्ट स्लाइड दे विच, फस्ट थ्री फस्ट फोर जिहड़े हैगे आ जी, उस तो बाद फिफ्थ, दैन उरे गलत लिखा गया जी, दैन तीन जिहड़े लास्ट हैगे आ जी वह अपने सिखां दे अगेंस्ट। तो फोर्थ बैटल जिहड़ी हैगी है जी इस दे विच मनू दी अचानक मौत हो गई सीगी, मीर मनू 1753 दे विच जिहड़ा हैगा जी अचानक उन्हां दी डैथ हो गई। ठीक है, मुगल रूलर जिहड़ा हैगा जी उस समय आलमगीर टू बन चुकिया सीगा 1753 तक। एग्जाम पॉइंट ऑफ व्यू नाल इंपोर्टेंट है। वजीर जिहड़ा हैगा जी इमादुल मुल्क सीगा जी आलमगीर टू दा। ठीक है, तो इस समय की सीगा जी जदों मीर मनू की डैथ हुई तो अहमद शाह अबदाली ने एक टैंपरेरी अरेंजमेंट किया सीगा जी, जिदे विच मुगल लानी बेगम जिहड़ी हैगी उहदे हत्थां च पावर आ गई सी, लेकिन वजीर इमादुल मुल्क नूं इह पसंद नहीं सी तो उहने की कीता जी मुगलानी बेगम नूं कैद कर लिया। ठीक है, तो अदीना बेग नूं नवां सूबेदार बनाया गया जी लाहौर का, जिहड़ा उस समय तुहानूं मैं दस्सिया जी जलंधर दे एरिए नूं दित्ते हुए सीगे। ठीक है, सूबेदार बनाता उहनूं लाहौर ते मुल्तान दा। अबदाली अटैक करने लिए इस समय मुगलानी बेगम ने जिहड़ा हैगा जी वह की कीता सीगा, जिहड़ी मीर मनू की विधवा सीगी उहने की कीता अटैक करने लिए बुलाया तो उन्हूं कहा कि असी जिन्ने भी तुहानूं उरे सहायता दित्ती जाऊगी, जिहड़े जिहड़े गुप्त जगह के उत्ते धन रख्या होया उसनों भी लुट्टन लिए थोनू की करांगे इत्थे इनवाइट कर रहे हैं। तो अहमद शाह अबदाली ने उहदे मतलब कि बुलाण दे उत्ते दिल्ली दे उत्ते अटैक किया, तो नजीब उदौला जिहड़ा हैगा जी मीर बख्शी बनाया गया तो अपना रिप्रेजेंटेटिव उरे रख के गया, अपना जिहड़ा उहनू रिप्रेजेंट करूगा दिल्ली दरबार दे विच। वजीर इमादुल मुल्क जिहड़ा हैगा वजीर ही रहा, मीर बख्शी जिहड़ा हैगा नजीब उदौला बनाया गया सी। पंजाब दे विच उहने अपॉइंट किया जी तैमूर शाह नूं गवर्नर, तो जहां खान उहदा असिस्टेंट मतलब कि जिहड़ी उहदी सहायता करेगा। पंजाब दा भी पता होना चाहिए जी अबदाली ने की चेंजेस कीतियां, दिल्ली दे विच भी की चेंजेस कीतियां, दोनों चीज़ां साइमल्टेनियसली आपां नूं इत्थे पता होनियां चाहीदियां। उस तो बाद
ਜਦੋਂ ਅਬਦਾਲੀ ਫੋਰਥ ਹਮਲਾ ਕਰਨ ਤੋਂ ਬਾਅਦ ਇੱਥੇ ਅਰੇਂਜਮੈਂਟ ਸੈਟਅਪ ਕਰ ਚੁੱਕਿਆ ਸੀਗਾ ਤਾਂ ਫਸਟ ਸਲਾਈਡ ਨੂੰ ਥੋੜ੍ਹਾ ਜਿਹਾ ਠੀਕ ਕਰ ਲਿਓ ਠੀਕ ਹੈ ਜੀ। ਫੋਰ ਜਿਹੜੇ ਪਹਿਲੇ ਚਾਰ ਹਮਲੇ ਆ ਮੁਗਲਾਂ ਦੀ ਜਿਹੜੀ ਸ਼ਕਤੀ ਨੂੰ, ਉਸ ਤੋਂ ਬਾਅਦ ਜਿਹੜਾ ਪੰਜਵਾਂ ਹੈਗਾ ਜੀ ਉਹ ਮਰਾਠਿਆਂ ਦੇ ਅਗੇਂਸਟ ਲੜਿਆ ਗਿਆ ਸੀ। ਫਿਫਥ ਜਿਹੜਾ ਹੈਗਾ ਜੀ ਥਰਡ ਬੈਟਲ ਆਫ ਪਾਣੀਪਤ ਜਿਹੜੀ ਹੈਗੀ ਹੈ ਜੀ ਉਹ ਲੜੀ ਗਈ 1759 ਤੋਂ ਲੈ ਕੇ ਹਮਲਾ ਕੀਤਾ ਤਾਂ 1761 ਦੇ ਵਿੱਚ ਉਹਦੇ ਪ੍ਰੋਪਰ ਡੇਟ ਜਿਹੜੀ ਹੈਗੀ ਜੀ 14 January 1761 ਬੈਟਲ ਆਫ ਪਾਣੀਪਤ ਲੜੀ ਗਈ ਹੈ। ਉਸਦੇ ਵਿੱਚ ਕਿਹਾ ਜੀ ਜਦੋਂ ਨਜ਼ੀਬ ਉਦੌਲਾ ਮੀਰ ਬਖਸ਼ੀ ਬਣਿਆ, ਇਸ ਸਲਾਈਡ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ, ਤਾਂ ਜਿਹੜਾ ਇਮਾਦੁਲ ਮੁਲਕ ਹੈ ਉਹ ਜ਼ਿਆਦਾ ਕੋਈ ਖੁਸ਼ ਨਹੀਂ ਸੀਗਾ ਨਜ਼ੀਬ ਉਦੌਲਾ ਦਾ ਜਿਹੜਾ ਬਿਹੇਵੀਅਰ ਸੀ ਉਹ ਤੋਂ ਤੰਗ ਸੀ, ਤਾਂ ਉਹਨਾਂ ਨੇ ਮਰਾਠਿਆਂ ਨੂੰ ਇਨਵਾਈਟ ਕੀਤਾ ਕਿ ਤੁਸੀਂ ਆ ਕੇ ਅਹਿਮਦ ਸ਼ਾਹ ਅਬਦਾਲੀ ਨਾਲ ਕੀ ਕਰੋ ਜੀ ਬੈਟਲਸ ਲੜੋ। ਤਾਂ ਇਸ ਸਮੇਂ ਅਦੀਨਾ ਬੇਗ ਜਿਹੜਾ ਹੈਗਾ ਜੀ ਉਹਨੂੰ ਦੁਬਾਰਾ ਫੌਜਦਾਰ ਬਣਾਇਆ ਗਿਆ ਜਲੰਧਰ ਦਾ। ਡਿਊ ਟੂ ਹਿਜ਼ ਟ੍ਰੀਚਰੀ ਮਰਾਠਾ ਅਪੁਆਇੰਟਡ ਹਿਮ ਐਜ਼ ਅ ਨਿਊ ਸੂਬੇਦਾਰ ਆਫ ਲਾਹੌਰ। ਮਰਾਠਿਆਂ ਨੇ ਹਮਲਾ ਕੀਤਾ, ਅਦੀਨਾ ਬੇਗ ਨੇ ਮਰਾਠਿਆਂ ਦਾ ਸਾਥ ਦਿੱਤਾ ਅਤੇ ਅਦੀਨਾ ਬੇਗ ਨੂੰ ਦੁਬਾਰਾ ਸੂਬੇਦਾਰ ਦਾ ਲਾਹੌਰ ਦਾ ਸੂਬੇਦਾਰ ਇੱਥੇ ਅਪੁਆਇੰਟ ਕਰਤਾ ਸੀਗਾ। ਲੇਕਿਨ ਜਿਹੜਾ ਉਹ ਹੈ ਜੀ ਅਦੀਨਾ ਬੇਗ 1757 'ਚ ਮਰ ਗਿਆ, ਤਾਂ ਮਰਾਠਾ ਸਰਦਾਰ ਸ਼ਬਾ ਜੀ ਜਿਹੜਾ ਹੈਗਾ ਜੀ ਨਿਊ ਗਵਰਨਰ ਜਿਹੜਾ ਹੈਗਾ ਉੱਥੋਂ ਦਾ ਬਣਿਆ, ਕਿਉਂਕਿ ਮਰਾਠਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਸ਼ਕਤੀ ਸੀਗੀ ਠੀਕ ਹੈ। ਮਰਾਠਾਸ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਜਦੋਂ ਥਰਡ ਬੈਟਲ ਪਾਣੀਪਤ ਦੀ ਹੋਈ, ਕਿਉਂਕਿ ਜਦੋਂ ਮੈਂ ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਲੱਗਿਆ ਜੀ ਮਰਾਠੇ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਪੰਜਾਬ ਨੂੰ, ਉਹਨਾਂ ਨੇ ਆਪਣੇ ਅੰਡਰ ਕਰ ਲਿਆ, ਤਾਂ ਰਘੂਨਾਥ ਰਾਓ, ਸਦਾਸ਼ਿਵ ਰਾਓ ਭਾਊ, ਵਿਸ਼ਵਾਸ ਰਾਓ ਵਰ ਸੈਂਟ ਬਾਏ ਦਾ ਪੇਸ਼ਵਾ ਬਾਲਾਜੀ ਬਾਜੀ ਰਾਓ, ਜਿਹੜਾ ਮਰਾਠਿਆਂ ਦੇ ਵਿੱਚ ਸਭ ਤੋਂ ਤਾਕਤਵਰ ਲੀਡਰ ਉਸ ਸਮੇਂ ਪੇਸ਼ਵਾ ਬਾਲਾਜੀ ਬਾਜੀ ਰਾਓ ਸੀਗੇ ਜੀ ਠੀਕ ਹੈ। ਉਹਨਾਂ ਨੇ ਇਹਨਾਂ ਤਿੰਨ ਬੰਦਿਆਂ ਦੀ ਫੋਰਸ ਜਿਹੜੀ ਹੈਗੀ ਹੈ ਅਹਿਮਦ ਸ਼ਾਹ ਅਬਦਾਲੀ ਨਾਲ ਲੜਨ ਲਈ ਭੇਜੀ ਸੀ, ਜਿਹੜੇ ਕਿ ਪਾਣੀਪਤ ਦੀ ਤੀਜੀ ਬੈਟਲ 'ਚ ਹਾਰ ਗਏ। ਐਂਡ ਮਰਾਠਾ ਸ਼ਕਤੀ ਜਿਹੜੀ ਹੈਗੀ ਜੀ ਬੁਰੀ ਤਰ੍ਹਾਂ ਤਬਾਹ ਹੋ ਗਈ ਸੀ, ਕਿਉਂਕਿ ਜਿੰਨੇ ਵੀ ਅੱਛੇ ਲੀਡਰ ਸੀਗੇ ਉਹਨਾਂ 'ਚੋਂ ਜ਼ਿਆਦਾਤਰ ਲੀਡਰ ਮਾਰੇ ਗਏ ਸੀ। ਨਾਓ ਗੱਲ ਇਹ ਹੈ ਕਿ ਅਬਦਾਲੀ ਜਿਹੜਾ ਹੈਗਾ ਜੀ ਠੀਕ ਹੈ, ਉਸਨੇ ਮਰਾਠਾ ਸ਼ਕਤੀ ਨੂੰ ਕੁਚਲਣ ਤੋਂ ਬਾਅਦ ਉਹ ਵਾਪਸ ਚਲਾ ਗਿਆ ਠੀਕ ਹੈ। ਲੇਕਿਨ ਵਾਪਸ ਜਾਣ ਤੋਂ ਬਾਅਦ ਚੌਥਾ ਸਿੱਖ ਹਮਲਾ ਉਹਨੇ ਦੁਬਾਰਾ 1761 ਈਸਵੀ ਦੇ ਵਿੱਚ ਹੀ ਕੀਤਾ ਸੀਗਾ, ਬਿਕੋਜ਼ ਜਿਹੜੇ ਸਿੱਖ ਹੈ ਜੀ ਉਹਨਾਂ ਨੇ ਕੀ ਕਰ ਲਿਆ ਸੀ ਦੁਬਾਰਾ ਲਾਹੌਰ ਕੈਪਚਰ ਕਰ ਲਿਆ ਸੀਗਾ ਅੰਡਰ ਦਾ ਲੀਡਰਸ਼ਿਪ ਆਫ ਜੱਸਾ ਸਿੰਘ ਆਹਲੂਵਾਲੀਆ। ਰੀਜ਼ਨ ਕਿਉਂ ਸੀ ਜੀ, ਦਲ ਖਾਲਸਾ ਬਣ ਚੁੱਕਿਆ ਸੀ 1748 ਦੇ ਵਿੱਚ, ਸਿੱਖ ਜਿਹੜੇ ਹੈਗੇ ਜੀ ਮਜ਼ਬੂਤ ਹੋ ਚੁੱਕੇ ਸੀਗੇ, ਅਤੇ ਸੁਲਤਾਨ ਉਲ ਮੁਲਕ ਦੀ ਉਪਾਧੀ ਜਿਹੜੀ ਹੈਗੀ ਜੱਸਾ ਸਿੰਘ ਆਹਲੂਵਾਲੀਆ ਨੇ ਧਾਰਨ ਕਰ ਲਈ ਸੀਗੀ। ਜੱਸਾ ਸਿੰਘ ਆਹਲੂਵਾਲੀਆ ਦਲ ਖਾਲਸਾ ਦਾ ਕੀ ਸੀਗਾ ਜੀ, ਸੈਨਾਪਤੀ। ਅਤੇ ਸਿੱਖ ਹਮਲੇ ਦੇ ਵਿੱਚ ਜਦੋਂ ਅਬਦਾਲੀ ਨੂੰ ਪਤਾ ਲੱਗਿਆ ਕਿ ਸਿੱਖਾਂ ਨੇ ਦੁਬਾਰਾ ਲਾਹੌਰ ਦੇ ਉੱਤੇ ਕਬਜ਼ਾ ਕਰ ਲਿਆ, ਤਾਂ ਸਿੱਖਾਂ ਨੂੰ ਸਜ਼ਾ ਦੇਣ ਲਈ ਜਿਹੜਾ ਹੈਗਾ ਜੀ ਉਹ ਆਪਣੀ ਸੈਨਾ ਲੈ ਕੇ ਵਧਿਆ, ਅਤੇ ਮਲੇਰਕੋਟਲਾ ਨਾਮੀ ਸਥਾਨ ਦੇ ਉੱਤੇ ਕੁੱਪ ਜਿਹੜਾ ਹੈਗਾ ਜੀ ਵੱਡਾ ਘੱਲੂਘਾਰਾ 1762 ਦੇ ਵਿੱਚ ਇੱਥੇ ਸਿੱਖਾਂ ਨੂੰ ਕਾਫੀ ਵੱਡੀ ਮਾਤਰਾ ਦੇ ਵਿੱਚ ਕੀ ਕੀਤਾ ਗਿਆ ਜੀ, ਸ਼ਹੀਦ ਕੀਤਾ ਗਿਆ। ਲੇਕਿਨ ਸਿੱਖ ਜਿਹੜੇ ਹੈਗੇ ਸੀਗੇ ਜੀ ਉਹ ਗੁਰੀਲਾ ਯੁੱਧ ਪ੍ਰਣਾਲੀ ਵਿੱਚ ਇੰਨੇ ਐਕਸਪਰਟ ਹੋ ਚੁੱਕੇ ਸੀਗੇ। ਦੇਖੋ ਪਾਣੀਪਤ ਜਿਹੜੀ ਲੜਾਈ ਹੈ ਜੀ ਉਹ ਪਲੇਨ ਗਰਾਊਂਡ ਦੇ ਉੱਤੇ ਲੜੀ ਗਈ ਹੈ, ਜਿਸ ਕਰਕੇ ਮਰਾਠਾ ਹਾਰੇ। ਮਰਾਠਾ ਕੋਲ ਵੀ ਜਿਹੜੀ ਸਭ ਤੋਂ ਵੱਡੀ ਇੰਪੋਰਟੈਂਸ ਸੀਗੀ ਜੋ ਗੁਰੀਲਾ ਯੁੱਧ ਪ੍ਰਣਾਲੀ 'ਚ ਐਕਸਪਰਟ ਸੀਗੇ, ਲੇਕਿਨ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਅਗੇਂਸਟ ਇਸ ਕਰਕੇ ਨਹੀਂ ਜਿੱਤ ਪਾਇਆ ਕਿਉਂਕਿ ਜਿਹੜੀ ਜੀਓਗ੍ਰਾਫੀਕਲ ਕੰਡੀਸ਼ਨ ਸੀਗੀਆਂ ਸਿੱਖਾਂ ਨੂੰ ਬੈਟਰ ਪਤਾ ਸੀ, ਮਰਾਠਿਆਂ ਨੂੰ ਉੱਤਰੀ ਭਾਰਤ ਦੀ ਜਿਹੜੀ ਜੀਓਗ੍ਰਾਫੀਕਲ ਕੰਡੀਸ਼ਨ ਦਾ ਉਹਨਾਂ ਦਾ ਆਈਡੀਆ ਨਹੀਂ ਸੀਗਾ, ਅਤੇ ਸਿੱਖ ਜਿਹੜੇ ਹੈਗੇ ਆ ਗੁਰੀਲਾ ਯੁੱਧ ਪ੍ਰਣਾਲੀ ਕਰਕੇ ਅਬਦਾਲੀ ਦੀਆਂ ਫੋਰਸਿਸ ਨੂੰ ਤੰਗ ਕਰਦੇ ਸੀ। ਅਬਦਾਲੀ ਨੇ 7ਵਾਂ ਹਮਲਾ 8ਵਾਂ ਹਮਲਾ 1764-66 'ਚ ਅਗੇਨ ਕੀਤੇ, ਲੇਕਿਨ ਉਹ ਸਿੱਖਾਂ ਦੀ ਜਿਹੜੀ ਸ਼ਕਤੀ ਆ ਉਹਨੂੰ ਕੁਚਲਣ ਦੇ ਵਿੱਚ ਅਸਮਰਥ ਸੀਗਾ। ਅਤੇ 8ਵੇਂ ਹਮਲੇ ਤੋਂ ਬਾਅਦ ਜਿਹੜਾ ਹੈਗਾ ਜੀ ਉਹ ਆਪਣੀ ਬੈਡ ਹੈਲਥ ਕਰਕੇ ਠੀਕ ਹੈ ਏਜ ਕਰਕੇ ਜ਼ਿਆਦਾ ਹੁਣ ਇੱਥੇ ਕੁਛ ਕਰ ਨਹੀਂ ਪਾ ਰਿਹਾ ਸੀ, ਤਾਂ ਉਹਨੂੰ ਵਾਪਸ ਅਫਗਾਨ ਜਾਣਾ ਪਿਆ। ਇਸੀ ਕਰਕੇ ਹੁਣ ਆਪਾਂ ਗੱਲ ਕਰਦੇ ਹਾਂ ਜੀ 1767 ਤੋਂ ਬਾਅਦ ਤੁਹਾਨੂੰ ਦੱਸਿਆ ਹੀ ਹੈ ਕਿ ਛੋਟੇ ਛੋਟੇ ਸਿੱਖ ਜਿਹੜੇ ਹੈਗੇ ਆ ਸਟੇਟਸ ਜਿਹੜੇ ਇੰਡੀਪੈਂਡੈਂਟ ਸਟੇਟਸ ਹੈਗੇ ਆ ਉਹ ਫਰੰਟੀਅਰ ਸਾਈਡ ਜਿਹੜੀ ਆਪਣੀ ਅਫਗਾਨਿਸਤਾਨ ਵਾਲੀ ਆਪਾਂ ਗੱਲ ਕਰਦੇ ਹਾਂ ਜੀ ਲਾਹੌਰ ਮੁਲਤਾਨ ਜਿਹੜਾ ਇਹ ਵਾਲਾ ਏਰੀਆ ਪੈਂਦਾ, ਇਹਨਾਂ ਨੇ ਕਾਫੀ ਆਪਣੀਆਂ ਇੰਡੀਪੈਂਡੈਂਟ ਮਿਸਲਸ ਨੂੰ ਸੈਟਅਪ ਕਰ ਲਿਆ ਸੀ। ਗੱਲ ਕਰਦੇ ਹਾਂ ਜੀ ਆਪਾਂ 12 ਮਿਸਲਾਂ ਦੀ। 12 ਮਿਸਲਾਂ ਦੇ ਵਿੱਚੋਂ ਸਭ ਤੋਂ ਪਹਿਲੀ ਮਿਸਲ ਜਿਹੜੀ ਹੈਗੀ ਉਹ ਸਿੰਘਪੁਰੀਆ। ਮਿਸਲ ਸ਼ਬਦ ਦੀ ਅਗਰ ਗੱਲ ਕਰੋ ਵੈਸੇ ਤਾਂ ਅਰਬੀ ਲੈਂਗੁਏਜ ਜਿਹੜੀ ਹੈਗੀ ਉਹਦੇ ਵਿੱਚ ਇਹਦਾ ਮਤਲਬ ਹੁੰਦਾ ਇਕੁਅਲਿਟੀ, ਕਿਉਂਕਿ ਸਾਰੀਆਂ ਮਿਸਲਾਂ ਜਿਹੜੀਆਂ ਹੈਗੀਆਂ ਉਹ ਇਕੁਅਲ ਸੀਗੀਆਂ ਮੰਨਿਆ ਜਾਂਦਾ ਜੀ ਠੀਕ ਹੈ। ਡੈਮੋਕਰੇਟਿਕ ਪ੍ਰਿੰਸੀਪਲ ਜਿਹੜੇ ਹੈਗੇ ਉਹ ਅਪਣਾਏ ਜਾਂਦੇ ਸੀਗੇ, ਸਾਰੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਿਲਦੇ ਸੀਗੇ, ਉੱਥੋਂ ਡਿਸਾਈਡ ਕਰਦੇ ਸੀ ਕੀ ਕਰਨਾ, ਅਤੇ ਹਰ ਮਿਸਲ ਦੇ ਲੀਡਰ ਦੀ ਇਕੁਅਲ ਇੰਪੋਰਟੈਂਸ ਸੀਗੀ। ਲੇਕਿਨ ਅਗਰ ਆਪਾਂ ਵੈਸੇ ਗੱਲ ਕਰੀਏ ਤਾਂ ਮਿਸਲ ਇਹ ਮੰਨਦੇ ਹਾਂ ਕਿ ਇੱਕ ਜਿਹੜਾ ਹੈਗਾ ਜੀ ਉਹ ਕੀ ਹੁੰਦੀ ਹੈ ਬੁਕਲੈਟ ਹੁੰਦੀ ਹੈ, ਮਤਲਬ ਕਿ ਜਿਹੜੇ ਕਾਗਜ਼ ਹੁੰਦੇ ਆ ਪੇਪਰ ਹੁੰਦੇ ਆ ਉਹਨਾਂ ਦਾ ਇੱਕ ਕੀ ਹੈ ਸਮੂਹ ਹੈ,
क्योंकि रीजन ये है कि जो अमृतसर के मिलते सीगे तो हर एक मिसल के लिए जो भी उन्होंने अकाउंट हों जी वह रखा जाता से उत्थे उसको मिसल कहा जाता उस दे नाम तो ही इन्हों का नाम की पिया जी मिसलां पे। तो मिसल की गल कर लें जी आप सिंघपुरिया जिन्हों फैजलपुरिया मिसल भी कहा जाता है जी पहली मिसल सी एसटैबलिश होने वाली। इतों एग्जाम पॉइंट ऑफ व्यू ने क्वेश्चन कहे कि इंपोर्टेंट याद कर लियो बाकी कुछ ज़्यादा करने की लड़ नहीं है। एसटैबलिश किने किया जी नवाब कपूर सिंह ने वीरक जट से पूछ लिया जाता एग्जाम के ठीक है। उस तो बाद जे अगो सक्सैसर से जी खुशहाल सिंह बुद्ध सिंह। सिंघपुरी मिसल की गल करिए कैपिटल उन्होंने जलंधर सी इसनों रणजीत सिंह ने बाद अपने राज्य मिला लिया। आलूवालिया मिसल की गल करिए जी साधु सिंह ठीक जिहड़ा है जी इहदा संस्थापक सीगा ना कि जस्सा सिंह। जस्सा सिंह जिहड़ा है जी रियल संस्थापक मनिया जाता है कि इसके नाम के समय जिहड़ा है जी इसके समय आलूवालिया मिसल का नाम ज़्यादा होया। उस तो बाद भाग सिंह दैन फतेह सिंह ठीक है। फतेह सिंह आलूवालिया के समय तक रणजीत सिंह के जिहड़े है जी ये जिहड़े मित्रता के संबंध रहे। उस तो बाद जिहड़ा है इस मिसल नूं रणजीत सिंह ने अपने राज च मिला लिया। आलूवालिया जट सीगे जी लाहौर के नेड़े तेड़े इन्हों का जिहड़ा एरिया सीगा। कपूरथला जिहड़ी है जी आलूवालिया मिसल की कैपिटल सीगी। ब्रिटिशर्स नाल इन्हों का रणजीत सिंह वांगू शुकर चक्या मिसल वांगू समझौता रहा लेकिन बाद दे विच प्रिंसली स्टेट बन गया सीगा जी कपूरथला का ठीक है। भंगी मिसल की नींह जिहड़ी है छज्जा सिंह ने रखी। ढिलों जट सीगा जी इस तों इलावा उहदे सक्सैसर हरी सिंह झंडा सिंह ठीक है जी। झंडा सिंह जिहड़े हैगे जी उन्होंने ही मुगलों तो अफगाना तो कह लो जी है जी जमजमा तोप जी है जी लड़ाई करके जीती सी। इस तो अलावा गंडा सिंह अमृतसर उन्होंने कैपिटल सी जी। उस तो बाद शुकर चक्या मिसल के जो रणजीत सिंह ने लाहौर तो अमृतसर जीते ठीक है जी। उस तो बाद सिख अंपायर के मिला लिया गया। रामगढ़िया पहला आप गल कर चुके हैं जी जस्सा सिंह ठोका ठीक है जो एक तरखान सके जी ठीक है। फाउंडर जोड़े है खुशहाल सिंह ढींसा जट दे ढींसा जट से। इस तो इलावा जस्सा सिंह रामगढ़िया तो बाद जोत सिंह जोड़े है जी फेमस लीडर सके। इस समय तक रणजीत सिंह की इन्हों मित्रता रही बाद अपने राष्ट्र मिला लिया। हरगोबिंद श्री हरगोबिंदपुर इन्हों की कैपिटल सी ठीक है। फिफ्थ की गल करिए कन्हैया मिसल। कन्हैया मिसल नाल भी जोड़े है रणजीत सिंह के अच्छे रिलेशन सके। फाउंडर जोड़ा है जी जय सिंह कन्हैया संधु जट सगा। शोही इन्हों की कैपिटल सी। सदा कौर जी है जी रणजीत सिंह की सस सी ठीक है। तो वो बारे आप डिटेल डिस्कस कर चुके हैं जी। जो आप रणजीत सिंह के टॉपिक पढ़ते हैं उदो आप डिटेल डिस्कस करते हैं। इतने सिर्फ तुम्हें यही चीज़ें याद करनिया ने। शुकर चक्या मिसल की चढ़त सिंह से जिन्होंने नींह रखी। सांसी गुजर के एरिए बिलोंग करते थे। महा सिंह रणजीत सिंह जोड़े है जी उस तो बाद उन्होंने सक्सैसर से गुजरांवाल इन्हों की कैपिटल सी। यही मिसल जी है जी जिन्होंने रणजीत सिंह बिलोंग करते थे तो उन्होंने सिख एम्पायर एस्टैबलिश किया। फुलकिया मिसल जी है जी सतलुज के इधर वाले पासे सी। फाउंडर जोड़े है जी फूल सिंह सिद्धू जट से। गुरु हर राय जी ने इन्हों जोड़ा है जी वरदान दिता कि इन्हे जे संतान के घोड़े हैं जी जमुना का पानी पीनगे। पटियाला नाभा जींद फिरो फरीदकोट वगैरह एरिया इन्होंने अपना एस्टैबलिश किया जी। आला सिंह जोड़ा है जी इन्हों बिस्मार्क की उपाधि भी दी जाती है क्योंकि इन्हें काफ़ी सारे एरिया जीते थे। उस तो बाद अमर सिंह इन्हों का सक्सैसर से। आला सिंह जोड़ा है जी इन्हें काफ़ी सहायता जी है जी उस समय भी की थी जो अबदाली हमले कर रहा सिखा कुचलने लिए। छेवें सतवें हमले की गल कर लो सतवें हमले की गल कर लो। इस करके जोड़ा है जी इस मिसल न जी दूजे मिसलों की ज़्यादातर बनती नहीं होंगी सी। अलाइड विद ब्रिटिश एंड लेटर बिकम द प्रिंसली स्टेट्स ऑफ फरीदकोट जींद नाभा मलौद एंड पटियाला। देखो जी आह मिसल हैगी है जी फुलकिया मिसल इन्हों अंग्रेजा की सरप्रस्ती हासिल सी। इस करके रणजीत सिंह जोड़ा है जी इस मिसल में जोड़ा है नहीं जीत सकया ठीक है। बाकी जी इस मिसल बारे डिटेल आप पहले डिस्कस कर चुके हैं। नकई मिसल की गल करिए संस्थापक हीरा सिंह सीगे जी संधु जट सीगे ठीक है। सिख अंपायर के मिलाया गया क्योंकि नकई मिसल के जोड़े है रणजीत सिंह ने विह करवाया होया। डल्ले वाली मिसल की गल करिए गुलाब सिंह दे संस्थापक सीगे जी ठीक है। राठौर राजपूत सीगे। तारा सिंह केबा इन्हों के फेमस लीडर हैं एग्जाम के बहुत बार पूछा जा चुके हैं। उस तो बाद है जी करोड़ सिंह मिसल। करोड़ सिंह ही पंजगढ़िया मिसल भी उन्होंने कहा जाता है जी। करोड़ सिंह ने एस्टैबलिश की वीरक जट से जी। मारकंडा यमुना एरिया इन्हों का विचरण सगा। छछरौली या कलसी इन्हों की कैपिटल सी। भागेल सिंह जोत सिंह सक्सैसर से।
उस तो बाद प्रिंसली स्टेट जिहड़ा हैगा जी कलसिया बनाया इस मिसल ने। निशान सिंह निशान वाली मिसल की गल करिए जी, संगत सिंह जां मेहर सिंह दो बंदिया ने मिलकर स्टैबलिश की सी। दसौंदा सिंह फेमस लीडर सीगे, गिल जट सीगे जी, अंबाला एरिया जां शाहबाद मारकंडा एरिया दे विच मिसल स्टैबलिश सीगी। शहीदा मिसल सुधा सिंह ने स्टैबलिश की सी। निहंग मिसल भी कहा जाता, दीप सिंह इन्हां दे फेमस लीडर सीगे। संधू जट सीगे जी, शहजादपुर के नेड़े तेड़े जिहड़ा हैगा एरिया इन्हां दे अंडर सी। इस तों इलावा फेमस जिहड़े हैगे सी जी करम सिंह, साधु सिंह ते फुला सिंह, इस नूं भी सिख अंपायर दे विच मिला लिया गया सी। नाओ आपां सिख मिसलां बारे थोड़ा जिहा गल कर लैणे। इन्हां नाल रिलेटड दो इंपोर्टेंट चीज़ां, पहली गल तां हैगी जी गुरमत्ता, पहलां डिस्कस कर चुके हां जी। जिन्नियां भी मिसलां ने अमृतसर च मिलदियां सीगियां उत्थे इक सांझा जिहड़ा फैसला हुंदा सी उहनूं गुरमत्ता कहा जांदा सी। सरबत खालसा उन्हां दी जिहड़ी संगत दी टोटल जिहड़ी हैगी सारे उत्थे मिलदे सी उहनूं सरबत खालसा कहिंदे सी। ठीक है, गुरमत्ता ही मेन सोर्स हुंदा सीगा जी इन्हां दे आने वाले जिहड़ा ईयर होएगा किवें कार्रवाई कीती जाएगी। सैकेंड थिंग, जिहड़ियां इह मिसलां ने इन्हां दे हरिमंदर साहिब दे विच इकट्ठा होण दे पिछे कोई राजनीतिक फोर्स नहीं सी, सिर्फ एक धार्मिक फोर्स सीगी जी। सिख धर्म नूं मानदे सीगे इस करके गुरमत्ता नूं मानदे सीगे। सैकेंड थिंग, जदों आपां इन्हां दे मिलटरी ऑर्गेनाइजेशन की गल करदे हां तां कोई भी अलग इन्हां दा मिलटरी ऑर्गेनाइजेशन नहीं करना। जदों आपां दल खालसा पढ़िया, ठीक है, मेन युद्ध प्रणाली इन्हां दी गोरिल्ला प्रणाली हुंदी सीगी जी। पैदल दी सेना नूं इन्नी इंपोर्टेंस नहीं सी, ना ही इन्हां कोले तोपखाना हुंदा सी। ज़्यादातर घोड़ियां दी सेना जिहड़ी इन्हां कोले हुंदी सी। इह सारियां चीज़ां आपां दल खालसा च डिस्कस कर चुके हां। तो दल खालसा के अकॉर्डिंग ही जिन्नियां मिसलां ने अपना मिलटरी ऑर्गेनाइजेशन सैटअप किया होया सी। सैकेंड थिंग, इत्थे आपां गल करनी है जी राखी सिस्टम। ये मराठियां तो लिया हुआ सिस्टम सी जिदे विच की हुंदा सीगा, मिसल जिहड़ी हैगी है जी ओह अपने या तो नेड़े तेड़े दे एरिए कह लो उन्हां नूं मुगलां तो बचाण लई की करदी सी, उन्हां तो टैक्स लैंदी सीगी जी। ठीक है, तो उन्हां दी रक्षा करदी सी, जिस नूं आपां बोलदे हां जी राखी सिस्टम। ठीक है, एग्जाम पॉइंट ऑफ व्यू नाल तुहाडा इन्ना की इंपोर्टेंट है, बाकी जिन्नी इनफॉर्मेशन जिहड़ी हैगी है जो आपां एमसीक्यूज पॉइंट ऑफ व्यू नाल कवर करांगे। ठीक है जी, जो वीडियोज़ अच्छा लग रही ने प्लीज़ लाइक शेयर ते कमेंट कर दियो, सबसक्राइब भी कर दियो। तो अगर कोई प्रॉब्लम हैगी है किसी अलग टॉपिक पर वीडियो चाहते हो, तुहानू लगता नहीं समझ आया तो भी कमेंट करके दस सकते हो जी। अदरवाइज थैंक यू फॉर वॉचिंग दी वीडियोज़।